ਬੱਚੇ ਜੀ ਸਾਰੇ, ਹੈ ਨਾ, ਮੈਨੂੰ ਇਹ ਲੱਗ ਰਹਿੰਦਾ ਮੇਰੇ ਕਲਾ ਦੇ ਨਾਲ ਉਹਨਾਂ ਨਾਲ ਮੇਰਾ ਵਿਆਹ ਹੋ ਗਿਆ, ਮੰਮਾ ਜੀ ਕਹਿੰਦਾ ਇਹ ਜਿੰਨੀਆਂ ਫਿਲਮਾਂ ਮੇਰੇ ਬੱਚੇ ਦੀ। ਬਟ ਮੈਂ ਹਜੇ ਵੀ ਸਟਰਗਲ ਸਮਝਦਾ, ਮੈਂ ਸਿੱਖਦਾ ਹੀ ਹਾਂ। ਹੁਣ ਜਿਹੜੇ ਸਾਨੂੰ ਡਾਇਰੈਕਟਰ ਮਿਲਦੇ ਆ ਸੈੱਟ 'ਤੇ, ਉਹ ਸਾਡੇ ਤੋਂ ਬੜੇ ਛੋਟੇ ਨੇ। ਜਿੱਦਾਂ ਆਪਾਂ ਛੋਟੇ ਹੁੰਦੇ ਹੀ ਦੇਖਦੇ ਹਾਂ ਯੋਗਰਾਜ ਬਾਈ ਨੂੰ, ਉਹਨਾਂ ਦੇ ਓਪੋਜਿਟ ਮੈਨੂੰ ਮੇਨ ਨੈਗੇਟਿਵ ਕਰਨ ਦਾ ਮੌਕਾ ਮਿਲਿਆ। ਹੈਲੋ ਫਰੈਂਡ, ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਨਰਿੰਦਰ ਨੂਰ। ਸੋ ਵੈਲਕਮ ਕਰਦੇ ਹਾਂ ਤੁਹਾਡਾ ਫਿਲਮੀ ਫੋਕਸ ਚੈਨਲ 'ਤੇ। ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਇੱਕ ਅਜਿਹੀ ਸ਼ਖਸੀਅਤ ਜਿਸ ਨੇ ਆਪਣੀ ਅਦਾਕਾਰੀ ਨਾਲ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਖੂਬ ਨਾਮ ਕਮਾਇਆ। ਜੇ ਤੂੰ ਆਪਣੀ ਭਾਣਜੀ ਦਾ ਵਿਆਹ ਮੇਰੇ ਭਤੀਜੇ ਨਾਲ ਕਰਦੇ। ਫੇਮਸ ਐਕਟਰ ਨੀਟੂ ਪੰਡੇਰ ਜੀ ਨਾਲ। ਸ਼ਹਿਰ 'ਤੇ ਜਾਫਰ ਦੀ ਹਕੂਮਤ ਹੈ, ਇੱਥੇ ਤਾਂ ਮੇਰੀ ਇਜਾਜ਼ਤ ਤੋਂ ਬਿਨਾਂ ਮੂੰਗਫਲੀ ਦਾ ਇੱਕ ਦਾਣਾ ਨਹੀਂ ਵਿਕਦਾ। ਨੀਟੂ ਜੀ, ਅਸੀਂ ਚੈਨਲ ਤੇ ਕਾਫੀ ਦੇਰ ਤੋਂ ਇਹ ਚਾਹੁੰਦੇ ਸੀਗੇ ਵੀ ਨੀਟੂ ਜੀ ਨਾਲ ਦਿਲ ਦੀਆਂ ਗੱਲਾਂ ਕਰੀਏ, ਦਰਸ਼ਕਾਂ ਦੇ ਰੂਬਰੂ ਕਰੀਏ, ਤੇ ਅਸੀਂ ਇਹ ਜਾਣਨਾ ਚਾਹਾਂਗੇ ਤੁਹਾਡਾ ਫਸਟ ਸਟੈਪ, ਜਦੋਂ ਤੁਸੀਂ ਪਹਿਲਾ ਸੌਂਗ ਕੀਤਾ ਜਾਂ ਕੋਈ ਪਹਿਲੀ ਫਿਲਮ ਕੀਤੀ। ਨਰਿੰਦਰ ਨੂਰ ਜੀ, ਪਹਿਲਾਂ ਤਾਂ ਮੈਂ ਪਲੱਸ ਟੂ ਦੇ ਵਿੱਚ ਸ਼ੁਰੂਆਤ ਕੀਤੀ, ਡੀਏਵੀ ਸਕੂਲ 'ਚ ਮੈਂ ਪੜ੍ਹਿਆ ਜੀ, ਅਤੇ ਉੱਥੇ ਪਹਿਲਾਂ ਪਲੇ ਕੀਤਾ ਸੀ ਜੀ ਪੈਸਾ ਜੀ। ਬਸ ਉਸ ਤੋਂ ਬਾਅਦ ਆਪਾਂ ਕਾਲਜ ਚਲੇ ਗਏ, ST ਕਾਲਜ, ਅਤੇ ਉੱਥੇ ਤਾਂ ਮੌਕਾ ਨਹੀਂ ਮਿਲਿਆ ਮੈਨੂੰ ਪਲੇ ਕਰਨ ਦਾ, ਪਰ ਅੰਦਰ ਇੱਕ ਬੜੀ ਜਿੱਦਾਂ ਕਹਿ ਲਓ ਐਕਟਿੰਗ ਦਾ ਕੀੜਾ ਸੀ, ਜਵਾਨ ਹੋ ਜਾਂਦੇ ਸੀ। ਫਿਲਮਾਂ ਨੱਠ ਨੱਠ ਦੇਖੀਆਂ ਸਕੂਲੋਂ, ਸਕੂਲ ਘੱਟ ਗਏ, ਫਿਰ ਕਾਲਜ ਘੱਟ ਗਏ, ਅਤੇ ਫਿਲਮਾਂ ਜ਼ਿਆਦਾ ਦੇਖੀਆਂ। ਅਤੇ ਉਸ ਤੋਂ ਬਾਅਦ ਫਿਰ ਮੈਂ, ਮੇਰੀ ਜਿਹੜੀ ਇਹ ਪਿਆਸ ਸੀਗੀ, ਨੁੱਕੜ ਨਾਟਕ ਸਟਰੀਟ ਪਲੇ ਸ਼ੁਰੂ ਹੋਏ ਸੀਗੇ ਉਦੋਂ ਸਾਖਰਤਾ ਮਿਸ਼ਨ 'ਤੇ, ਉਹ 'ਚ ਕੀਤੇ ਜਦੋਂ ਸੌਂਗ ਆਇਆ ਸੀ ਮੇਰਾ ਕੁੱਕੂ ਰਾਣਾ ਰੋਂਦਾ, ਉਹਨਾਂ ਦਿਨਾਂ ਦੇ ਵਿੱਚ ਉਹ ਆਪਾਂ ਕੀਤੇ ਸੀਗੇ ਇੱਕ ਮਹੀਨੇ ਦੇ ਵਿੱਚ 100 ਤੋਂ ਉੱਪਰ। ਕਿਆ ਬਾਤ! ਅਤੇ ਹੌਲੀ ਹੌਲੀ ਫਿਰ ਮੈਨੂੰ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਹਰਪਾਲ ਟਵਾਣਾ ਜੀ ਕੁਛ ਲੱਗਿਆ ਪਟਿਆਲੇ, ਜਿਨ੍ਹਾਂ ਦੇ ਸ਼ਾਗਿਰਦ ਨੇ ਇਹ ਰਾਜ ਬੱਬਰ ਜੀ, ਓਮ ਪੁਰੀ, ਗਿਰਜਾ ਸ਼ੰਕਰ ਜੀ ਹੋ ਗਏ, ਗੁਰਦਾਸ ਮਾਨ ਜੀ, ਅਤੇ ਬਹੁਤ ਜਾਣੇ ਹੁਣ ਆਪਣੇ ਸਰਦਾਰ ਸੋਹੀ ਜੀ ਆ ਦਿੱਤਿਆ, ਅਤੇ ਮੈਂ ਹੁੰਦੇ ਸੀ, ਮੈਨੂੰ ਰੁਪਿੰਦਰ ਰੂਪੀ ਦੀਦੀ ਹੁੰਦੇ ਸੀਗੇ, ਨਿਰਮਲ ਰਿਸ਼ੀ ਮੈਮ ਹੁੰਦੇ ਸੀ ਇੱਥੇ, ਇਹਨਾਂ ਕੋਲ ਮੈਂ ਫਿਰ 2 ਸਾਲ ਰਿਹਾ ਜੀ। ਉੱਥੋਂ ਆ ਕੇ ਫਿਰ ਮੈਨੂੰ ਪਹਿਲੀ ਫਿਲਮ ਮਿਲ ਗਈ ਸੀ 1994 ਦੇ ਵਿੱਚ, BA Part 1 ਦੇ ਵਿੱਚ, ਜ਼ਖਮੀ ਜੀ। ਜ਼ਖਮੀ ਦੇ ਵਿੱਚ ਫਿਰ ਮੈਂ ਮੇਨ ਵਿਲਨ ਦੇ ਛੋਟੇ ਭਰਾ ਦਾ ਰੋਲ ਕੀਤਾ ਸੀ, ਪਹਿਲਵਾਨ ਦਾ। ਇੱਥੋਂ ਸ਼ੁਰੂਆਤ ਹੋਈ ਮੇਰੀ। ਸ਼ੁਰੂਆਤੀ ਦੌਰ 'ਚ ਤੁਹਾਨੂੰ ਚੰਗਾ ਸਪੋਰਟ ਮਿਲ ਗਿਆ, ਚੰਗੇ ਉਸ ਉਸਤਾਦ ਨਾਲ ਦੀ ਸ਼ਾਗਿਰਦੀ ਕਰਨ ਦਾ ਮੌਕਾ ਮਿਲਿਆ ਵੀ, ਜਿਨ੍ਹਾਂ ਨੇ ਪੰਜਾਬ ਦੇ ਕਈ ਸਟਾਰ, ਕਈ ਨਾਮ ਅਜਿਹੇ ਨੇ ਜਿਨ੍ਹਾਂ ਨੂੰ ਫੇਮਸ ਕੀਤਾ। ਸੋ ਪ੍ਰੋਫੈਸ਼ਨਲੀ ਉਹੀ ਤੁਹਾਡੀ ਪਹਿਲੀ ਫਿਲਮ ਸੀ, ਉਹ ਐਜ਼ ਏ ਐਕਟਰ ਉਦੋਂ ਤੋਂ ਸ਼ੁਰੂ ਹੋ ਗਿਆ। ਹਾਂਜੀ, ਉਹਨੂੰ ਪ੍ਰੋਫੈਸ਼ਨਲੀ ਕਹਿ ਸਕਦੇ, ਉਹ ਬ੍ਰੇਕ ਸੀ ਜੀ। ਇੱਕ ਤਾਂ ਪਤਾ ਮੈਨੂੰ ਸ਼ੌਂਕ ਸੀਗਾ, ਮੈਂ ਸਿੱਖਾਂ ਇਸ ਲਾਈਨ ਨੂੰ ਸਿੱਖਾਂ ਜੀ, ਵੀ ਮੈਂ ਉੱਥੇ ਫਿਰ ਡਾਇਰੈਕਟਰ ਸਾਹਿਬ ਸੀ ਪ੍ਰਦੀਪ ਧਮਾਨ ਜੀ ਪਵਾੜੇ ਤੋਂ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਭਾਅ ਜੀ ਕੰਮ ਦਿਉ ਹੁਣ ਕੋਈ। ਉਹ ਕਹਿੰਦਾ ਤੈਨੂੰ ਕਾਹਦਾ ਕੰਮ ਦਈਏ, ਅਤੇ ਮੈਂ ਕਿਹਾ ਮੈਨੂੰ ਕੋਈ ਕੰਮ ਦਿਉ, ਮੇਰਾ ਰੋਲ ਖਤਮ ਹੋ ਗਿਆ। ਅਤੇ ਉਹ ਕਹਿੰਦੇ ਚੱਲ ਠੀਕ ਆ, ਵੀ ਸਾਡਾ ਇੱਕ ਡਰੈਸਮੈਨ ਭੱਜ ਗਿਆ, ਡਰੈਸਾਂ ਪ੍ਰੈਸ ਕਰੂੰਗਾ। ਮੈਂ ਕਿਹਾ ਜੀ ਹਾਂਜੀ। ਫਿਰ ਮੈਂ ਹੀਰੋ ਹੀਰੋਇਨਾਂ ਦੀਆਂ ਜਿਹੜੇ ਵਿਲਨ ਸੀ, ਮੈਂ ਫਿਰ ਉੱਥੇ ਜਿੰਨੇ ਦਿਨ ਸੀਗੇ ਮੇਰਾ ਸ਼ੂਟ, 20 ਦਿਨ ਉੱਥੇ ਫ੍ਰੀ, ਅਤੇ 20 ਦਿਨ ਮੈਂ ਉੱਥੇ ਪ੍ਰੋਡਕਸ਼ਨ ਵੀ ਕੀਤੀ,
ਮੈਂ ਡਰੈਸਾਂ ਵੀ ਉਹਨਾਂ ਦੀਆਂ ਪ੍ਰੈਸ ਕੀਤੀਆਂ ਪਵਾਈਆਂ, ਉਹ ਫਿਰ ਉੱਥੇ ਸਿੱਖਿਆ ਬਸ ਕੰਮ ਨੂੰ ਕੰਮ ਸਮਝਿਆ। ਜਿਹੜਾ ਬੰਦਾ ਕੰਮ ਨੂੰ ਕੰਮ ਸਮਝਦਾ ਅਤੇ ਮਿਹਨਤ ਕਰਦਾ ਉਹ ਇੱਕ ਨਾ ਇੱਕ ਦਿਨ ਮੁਕਾਮ ਜ਼ਰੂਰ ਹਾਸਲ ਕਰਦਾ। ਜਿੱਦਾਂ ਤੁਸੀਂ ਅੱਜ ਕੱਲ੍ਹ ਇਹਨਾਂ ਦੇ ਸੌਂਗ ਫਿਲਮਾਂ ਤੁਸੀਂ ਦੇਖਦੇ ਹੋ, ਕਾਫ਼ੀ ਅੱਛੇ ਸੌਂਗ ਵੀ ਤੁਹਾਡੇ ਹੁਣ ਆਏ ਹੈ ਜਿਹਦੇ ਵਿੱਚ ਬਹੁਤ ਵਧੀਆ ਤੁਹਾਡੀ ਅਦਾਕਾਰੀ ਦੇਖਣ ਨੂੰ ਮਿਲੀ ਹੈ ਜੀ। ਹਾਂਜੀ, ਹੁਣ ਤੱਕ ਬਹੁਤ ਹਜੇ ਵੀ ਚੱਲੀ ਜਾ ਰਿਹਾ ਆਰਨੇ ਤੇ ਲਾਭ ਹੀ ਦਾ ਬਾਈ ਦਾ ਜੀ ਜੀ ਹੋਣਾ ਚੁਕੀਲੇ ਕੱਢਣ ਦਾ ਕਾਫੀ। ਮੈਂ ਫਿਲਮਾਂ ਦਾ 25 ਹੁਣ ਰਿਲੀਜ਼ ਹੋ ਗਈਆਂ ਮਹਾਰਾਜ ਦੀ ਕਿਰਪਾ ਨਾਲ, ਤੇ 7 ਤੋਂ 8 ਕੁ ਫਿਲਮਾਂ ਮੇਰੀਆਂ ਹੁਣ ਤਿਆਰ ਆ ਰਿਲੀਜ਼ ਲਈ। ਹੁਣੇ ਇੱਕ ਕੰਪਲੀਟ ਕਰਕੇ ਹਟਿਆ ਉਹ ਜਿੰਮੀ ਸ਼ੇਰਗਿੱਲ ਦੇ ਨਾਲ ਨੈਗੇਟਿਵ ਆ ਤੇ ਬੇਬੇ ਜੀ, ਉਹ ਮੈਨੂੰ ਲੱਗਦਾ ਪਹਿਲਾਂ ਆਜੂਗੀ। ਅਤੇ ਰਿਮਾਂਡ ਆ, ਇੱਕ ਰਿਮਾਂਡ ਕੰਪਨੀ ਬਣਾਈ ਆਪਾਂ, ਮੈਂ ਤਾਂ ਮੇਰਾ ਭਰਾ ਛੋਟਾ ਸੰਸਾਰ ਸੰਧੂ, ਠੀਕ ਹੈ, ਅਸੀਂ ਆਪ ਪ੍ਰੋਡਿਊਸ ਕੀਤੀ ਆ ਫਿਲਮ ਜੀ, ਅਤੇ ਕਰਤਾਰ ਚੀਮੇ ਨੂੰ ਹੀਰੋ ਲੈ ਕੇ, ਹੋਰ ਬਹੁਤ ਵੱਡੀ ਸਟਾਰ ਕਾਸਟਾਂ ਨਾਲ ਸਿੱਪੀ ਗਿੱਲ ਵੀ ਨੇ ਕੈਸਟ 'ਚ, ਉਹ ਵੀ ਸਾਡੀ ਕੰਪਲੀਟ ਆ ਹੁਣ। ਮਤਲਬ ਕਿ ਇੱਕ ਐਂ ਆ ਵੀ ਉਹ ਜਦੋਂ ਤੁਸੀਂ ਸ਼ੁਰੂ ਹੋਏ ਬਟ ਮੈਂ ਹਜੇ ਵੀ ਸਟਰਗਲ ਸਮਝਦਾ, ਮੈਂ ਸਿੱਖਦਾ ਹੀ ਹਾਂ। ਹੁਣ ਜਿਹੜੇ ਸਾਨੂੰ ਡਾਇਰੈਕਟਰ ਮਿਲਦੇ ਆ ਸੈੱਟ 'ਤੇ ਉਹ ਸਾਡੇ ਤੋਂ ਬੜੇ ਛੋਟੇ ਹੁੰਦੇ ਜੀ। ਹੁਣ ਕਈ ਇੱਕ ਤਾਂ ਮੈਂ ਹੁਣ ਸੌਂਗ ਕਰਕੇ ਆਇਆ ਉਹ 23-24 ਸਾਲ ਦਾ ਮੁੰਡਾ, ਕਿਆ ਬਾਤ ਹੈ ਨਾ, ਉਹ ਮੈਨੂੰ ਡਰਦਾ ਹੀ। ਮੈਂ ਕਿਹਾ ਨਹੀਂ ਤੂੰ ਮੇਰਾ ਬੋਸ ਆ ਭਰਾ, ਜੀ ਜੀ ਹਾਂ, ਤੂੰ ਜਿੱਦਾਂ ਕਹੂੰਗਾ ਮੈਂ ਉੱਦਾਂ ਕਰਨਾ। ਉਹਨਾਂ ਤੋਂ ਹੁਣ ਨਵੀਂ ਜਨਰੇਸ਼ਨ ਆ ਉਹਨਾਂ ਤੋਂ ਸਾਨੂੰ ਸਿੱਖਣ ਦਾ ਜ਼ਿਆਦਾ ਮੌਕਾ ਮਿਲਦਾ ਕਿ ਸਿਨੇਮਾ ਚੇਂਜ ਹੋ ਗਿਆ, ਲਾਊਡ ਸੀ ਪਹਿਲਾਂ ਅਤੇ ਹੁਣ ਦੌਰ ਆ ਗਿਆ ਅੰਡਰ, ਬਿਲਕੁਲ ਹੀ ਅੰਡਰ, ਜਿੱਦਾਂ ਆਪਾਂ ਗੱਲ ਕਰਦੇ ਇਹ ਸਿਨੇਮਾ ਹੁਣ ਹੁਣ ਪਹਿਲਾਂ ਨਾਲੋਂ ਬਜਟ ਵੀ ਕਾਫ਼ੀ ਵੱਧ ਗਏ ਨੇ, ਲੋਕੇਸ਼ਨਾਂ ਵੀ ਬਹੁਤ ਅੱਛੀਆਂ ਤੋਂ ਅੱਛੀ ਆ ਗਈਆਂ। ਪਹਿਲਾਂ ਹੁੰਦਾ ਸੀ ਇੱਕ ਪਿੰਡ ਦੇ ਵਿੱਚ ਹੀ ਫਿਲਮਾ ਦਿੱਤਾ ਜਾਂਦਾ ਸੀ, ਹੁਣ ਵੱਡੇ ਬਜਟ ਦੀਆਂ ਫਿਲਮਾਂ ਨੇ, ਪੰਜਾਬ ਹੀ ਨਹੀਂ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਫਿਲਮਾਈਆਂ ਜਾਂਦੀਆਂ ਨੇ, ਅਤੇ ਉਸ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਇੱਕ ਅਲੱਗ ਦੌਰ ਸੀ, ਇੱਕ ਮਹਿੰਗਾਈ ਵੀ ਘੱਟ ਸੀ ਹਨਾ, ਜੇ ਉਦੋਂ ਸਪੋਟ ਬੋਏ 100 ਰੁਪਏ 'ਚ ਮਿਲਦਾ ਸੀ ਜਾਂ 50 ਰੁਪਏ 'ਚ ਮਿਲਦਾ ਸੀ, ਹੁਣ ਉਹਨਾਂ ਦੀ 900 ਤੋਂ 1000 ਰੁਪਈਆ ਵੱਡ ਆ ਜੀ ਹਨਾ। ਜੇ ਉਦੋਂ ਐਕਟਰ ਕੋਈ ਤੁਹਾਨੂੰ ਮਹਿੰਗੇ ਤੋਂ ਮਹਿੰਗਾ ਮੇਹਰ ਮਿੱਤਰ ਸਾਹਿਬ ਸਭ ਤੋਂ ਜ਼ਿਆਦਾ ਲੈਂਦੇ 40,000-50,000 ਹਨਾ, ਉੱਦਾਂ ਹੀ ਆ। ਅਤੇ ਹੁਣ ਤਾਂ ਇੱਥੇ 40 ਲੱਖ 50 ਲੱਖ ਤੋਂ ਗੱਲ ਸ਼ੁਰੂ ਹੁੰਦੀ ਆ ਹਨਾ, 25 ਲੱਖ 30 ਹੀਰੋ 6-6 ਕਰੋੜ ਵੀ ਲੈਂਦੇ ਆ। ਅਤੇ ਪਰਿਵਾਰ ਵੱਲੋਂ ਜਦੋਂ ਤੁਸੀਂ ਸਟੱਡੀ ਆਪਣੀ ਕੰਪਲੀਟ ਕਰਕੇ ਨਿਕਲੇ ਤਾਂ ਪਰਿਵਾਰ ਦਾ ਸਹਿਯੋਗ ਸੀਗਾ ਵੀ ਤੁਸੀਂ ਐਕਟਿੰਗ ਦੇ ਖੇਤਰ ਵਿੱਚ ਆਓ ਜਾਂ ਕਿਸੇ ਨੌਕਰੀ ਵੱਲ ਹੀ ਕਹਿ ਰਹੇ ਸੀ? ਮੈਨੂੰ ਦੱਸੋ ਤੁਹਾਡੇ ਸੀਗਾ ਘਰੋਂ? ਹਾਂਜੀ, ਤੁਹਾਡੇ ਘਰੋਂ ਸੀਗਾ ਸਹਿਯੋਗ? ਨਹੀਂ, ਇਹ ਕੰਮਾਂ 'ਚ ਨਹੀਂ ਸੀਗਾ, ਉਹੀ ਚੀਜ਼ ਪੁੱਛਣਾ ਚਾਹੁੰਦੇ ਸੀ ਕਿਉਂਕਿ ਪਰਿਵਾਰ ਪਹਿਲਾਂ ਸਮਾਂ ਹੀ ਅਜਿਹਾ ਸੀਗਾ ਇਸ ਚੀਜ਼ ਨੂੰ ਕੰਜਰ ਕਰਨਾ ਜ਼ਿਆਦਾ ਸਮਝਦੀ। ਮੈਂ ਜ਼ਿਮੀਂਦਾਰਾਂ ਦਾ ਮੁੰਡਾ ਜੀ ਜੀ ਜੀ, ਆਮ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ। ਹਾਂਜੀ ਜੀ ਜੀ, ਸਾਡਾ ਕੋਈ ਨਹੀਂ ਫਿਲਮਾਂ 'ਚ ਸੀਗਾ ਜੀ, ਕੋਈ ਵੀ ਨਹੀਂ ਸੀਗਾ ਫਿਲਮਾਂ 'ਚ, ਅਤੇ ਮੈਂ ਵੱਡਾ ਉੱਪਰੋਂ ਘਰ 'ਚ, ਭੈਣ ਵੀ ਮੇਰੀ ਛੋਟੀ 10-11 ਸਾਲ ਅਤੇ ਬ੍ਰਦਰ ਵੀ ਛੋਟਾ ਜੀ ਜੀ। ਉਹ ਫਿਰ ਕਹਿੰਦੇ ਜੀ ਐਕਟਰ ਬਣ ਗਿਆ, ਮਤਲਬ ਇਹ ਤਾਂ ਗਿਆ ਕੰਮ ਤੋਂ ਹਨਾ, ਬਣਨਾ ਖਰੇ ਨਹੀਂ ਬਣਨਾ, ਲਾਈਨ ਇੱਦਾਂ ਦੀ ਆ, ਕੋਈ ਜੋਬ ਤਾਂ ਹੈ ਨਹੀਂ, ਕਿਸਮਤ ਨਾਲ ਹੀ ਤੁਸੀਂ ਤੁਹਾਡੇ ਕੱਲ ਨੂੰ ਤੁਸੀਂ ਬਣ ਜਾਓਗੇ ਕੁਛ ਜਾਂ ਨਹੀਂ ਬਣੋਗੇ, ਅੱਧੇ ਤਾਂ ਸੁਸਾਈਡ ਕਰ ਜਾਂਦੇ ਜੀ। ਬਿਲਕੁਲ ਬਿਲਕੁਲ ਜੀ, ਬਟ ਇਸ ਲਾਈਨ 'ਚ ਜੀ ਆਉਣਾ ਇਹ ਸੰਤਾਂ ਵਾਲੀ ਲੈਣਾ, ਸਾਧੂ ਸੰਤਾਂ ਵਾਲੀ, ਬਿਲਕੁਲ ਸਬਰ ਸੰਤੋਖ, ਸਬਰ ਸੰਤੋਖ
ਲਾਲਚ ਨਹੀਂ ਕਰਨਾ ਅਤੇ ਤੁਰੇ ਰਹਿਣਾ, ਇੱਕ ਦਿਨ ਉਹ ਪਰਮਾਤਮਾ ਤੁਹਾਨੂੰ ਸਕਸੈਸ ਕਰਦਾ। ਅਤੇ ਇੱਕ ਦੌਰ ਫਿਰ ਇੱਦਾਂ ਦਾ ਆਉਂਦਾ ਕਿ ਉਹ ਤੁਹਾਨੂੰ ਆ ਕੇ ਜਦੋਂ ਕਹਾਣੀ ਸੁਣਾਉਂਦੇ ਆ, ਤੁਹਾਨੂੰ ਸੋਚ ਕੇ ਪਹਿਲਾਂ ਹੀ ਪਾਤਰ ਲਿਖਿਆ ਜਾਂਦਾ ਤੁਹਾਡਾ, ਵੀ ਆ ਯਾਰ ਬਾਈ ਤੈਨੂੰ ਸੋਚ ਕੇ ਲਿਖਿਆ। ਉਹ ਖੁਸ਼ੀ ਹੁੰਦੀ ਯਾਰ ਕਿ ਉਹ ਜੇ ਉਦੋਂ ਆਪਾਂ ਹਟ ਜਾਂਦੇ ਜਾਂ ਕੋਈ ਗਲਤ ਸਟੈਪ ਲੈ ਜਾਂਦੇ ਜਾਂ ਕੋਈ ਜੋਬ ਕਰਦੇ ਰਹਿੰਦੇ, ਫਿਰ ਉਹ ਉਨੇ ਕੁ ਜੋਗੇ ਰਹਿਣਾ ਸੀਗਾ। ਵੀ ਹੁਣ ਜੇ ਆਪਾਂ ਤੁਰੇ ਫਿਰਦੇ ਹਾਂ ਜਾਂ ਕੋਈ ਜਾਣਦੇ ਸਾਨੂੰ ਚਾਰ ਮੁਹੱਬਤ ਕਰਦੇ, ਤੇ ਉਹ ਖੁਸ਼ੀ ਹੁੰਦੀ। ਕਲਾਕਾਰ ਦੀ ਦੌਲਤ ਇਹੀ ਆ, ਵਾਹ ਵਾਹ ਵਾਹ, ਬਿਲਕੁਲ ਜਦੋਂ ਹੁੰਦੀ ਤਾੜੀ ਵੱਜਦੀ ਆ ਨਾ, ਇਹਦੇ ਵਿੱਚ ਕਹਿੰਦੇ ਹੁੰਦੇ ਲਾਈਨ ਇੱਦਾਂ ਦੀ ਆ, ਸ਼ੋਹਰਤ ਮਿਲਦੀ ਪਹਿਲਾਂ, ਜਦੋਂ ਸ਼ੋਹਰਤ ਮਿਲ ਗਈ ਦੌਲਤ ਤੁਹਾਡੇ ਪਿੱਛੇ ਪਿੱਛੇ ਭੱਜ ਜਾਂਦੀ, ਬਿਲਕੁਲ ਉਹ ਆਪ ਹੀ ਆ ਜਾਂਦੀ। ਫਿਰ ਦੌਰ ਹੁੰਦਾ ਹਰ ਐਕਟਰ ਦਾ ਇੱਕ ਨਾ, ਉਹੀ ਸੋਚ ਨੇ ਤੁਹਾਨੂੰ ਨੀਟੂ ਤੋਂ ਨੀਟੂ ਪੰਧੇਰ ਇੱਕ ਐਕਟਰ ਵਜੋਂ ਜਾਣਨ ਲਈ ਲੋਕਾਂ ਲਈ ਮਜ਼ਬੂਰ ਕੀਤਾ। ਆਪਣੀ ਅਦਾਕਾਰੀ ਹਰ ਕੋਈ ਪਸੰਦ ਕੀਤਾ। ਫਿਲਮੀ ਫੋਕਸ ਮੈਗਜ਼ੀਨ ਵੱਲੋਂ ਵੀ ਨੀਟੂ ਪੰਧੇਰ ਜੀ ਦੀ ਇਹ ਅਦਾਕਾਰੀ, ਇਹ ਜਜ਼ਬੇ ਨੂੰ ਦੇਖਦੇ ਹੋਏ ਇੱਕ ਫੰਕਸ਼ਨ ਦੌਰਾਨ ਗੋਲਡ ਮੈਡਲ ਦੇ ਨਾਲ ਸਨਮਾਨ ਸਾਡੀ ਟੀਮ ਵੱਲੋਂ ਵੀ ਕੀਤਾ ਜਾਊਗਾ। ਅਸੀਂ ਭਰਾ ਵੀ ਇਸ ਐਪਰੀਸ਼ੀਏਸ਼ਨ ਕਰਦੇ ਹਾਂ ਇਸ ਚੀਜ਼ ਨੂੰ ਵੀ, ਹੈ ਨਾ। ਅਤੇ ਬਿਲਕੁਲ ਬਿਲਕੁਲ ਜੀ ਬਿਲਕੁਲ, ਅਸੀਂ ਉਹ ਸਨਮਾਨ ਸ਼ਾਨ ਪੰਜਾਬ ਦੀ ਨੀਟੂ ਪੰਧੇਰ ਜੀ ਦੇ ਨਾਲ, ਹੋਰ ਵੀ ਬਹੁਤ ਸਾਰੇ ਐਕਟਰ ਕਲਾਕਾਰ ਨੇ ਜਿਨ੍ਹਾਂ ਨੂੰ ਜਲਦੀ ਹੀ ਉਹਦੀ ਡੇਟ ਅਸੀਂ ਅਨਾਊਂਸ ਕਰਾਂਗੇ। ਸੋ ਬਹੁਤ ਵਧੀਆ ਲੱਗਾ ਨੀਟੂ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਬਹੁਤ ਧੰਨਵਾਦ ਜੀ ਨਰਿੰਦਰ ਨੂਰ ਜੀ, ਤੇ ਤੁਹਾਡੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਜੀ ਮੈਂ, ਤੇ ਮੈਨੂੰ ਇਹ ਮਾਣ ਤੁਸੀਂ ਬਖਸ਼ ਰਹੇ। ਐ ਤਾਂ ਨਹੀਂ ਗਏ? ਨਹੀਂ 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 ਬਿਲਕੁਲ ਜੀ, ਮਾਣ ਤੇ ਕਾਵਲ ਕੁਝ ਵੀ ਨਹੀਂ ਕੀਤਾ ਨਾ ਜੀ ਜੀ ਬਿਲਕੁਲ ਜੀ, ਬੜੀ ਪਿਆਸ ਆ ਮੇਰੀ, ਬਹੁਤ ਭੁੱਖਾ ਕੰਮ ਕਰ। ਨੀਟੂ ਜੀ ਕੁਛ ਉਹ ਖਾਸ ਪਲ, ਉਹ ਕੁਛ ਖਾਸ ਫਿਲਮਾਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਵੀ ਕਰੈਕਟਰ ਕਰਕੇ ਬਹੁਤ ਮਜ਼ਾ ਆਇਆ ਹੋਵੇ, ਵੀ ਜਿਹੜੀਆਂ ਤੁਹਾਡੇ ਦਿਲ ਨੂੰ ਛੂੰਦੀਆਂ ਹਨ, ਜਿਹੜੀ ਤੁਹਾਨੂੰ ਲੱਗਦਾ ਵੀ ਹਾਂ ਯਾਰ ਆਹ ਫਿਲਮਾਂ ਮੇਰੀਆਂ ਬਹੁਤ ਸੋਹਣੀਆਂ ਨੇ, ਤੁਹਾਨੂੰ ਖੁਦ ਨੂੰ ਵਾਰ ਵਾਰ ਦੇਖਣ ਨੂੰ ਦਿਲ ਕਰਦਾ ਹੋਵੇ? ਮੇਰੇ ਤਾਂ ਬੱਚੇ ਆ ਜੀ ਸਾਰੇ, ਹੈ ਨਾ, ਮੈਨੂੰ ਇਹ ਲੱਗ ਰਹਿੰਦਾ ਮੇਰੇ ਕਲਾ ਦੇ ਨਾਲ ਉਹਨਾਂ ਨਾਲ ਮੇਰਾ ਵਿਆਹ ਹੋ ਗਿਆ। ਜੀ ਜੀ, ਇਹ ਜਿੰਨੀਆਂ ਫਿਲਮਾਂ ਮੇਰੇ ਬੱਚੇ, ਨਹੀਂ ਕੁਛ ਬੱਚੇ ਨਲਾਇਕ ਵੀ ਨਿਕਲ ਜਾਂਦੇ ਆ ਜੀ ਮੇਰੇ ਵਰਗੇ, ਹੈ ਨਾ, ਓਦਾਂ ਦੇ ਵਿੱਚ ਕੁਛ ਹੁੰਦਾ ਵੀ ਦਿਲੋਂ ਆਪਾਂ ਨੂੰ ਲੱਗਦਾ ਵੀ ਆਹ ਫਿਲਮ ਮੇਰੇ ਲਈ ਬਹੁਤ ਅੱਛੀ ਸੀਗੀ। ਸਾਰੀਆਂ ਵਧੀਆ ਸੀਗੀਆਂ। ਇੱਕ ਫਿਲਮ ਆਪਾਂ, ਇੱਕ ਤਾਂ ਬਾਈ ਮੇਰਾ, ਜਿੱਦਾਂ ਆਪਾਂ ਛੋਟੇ ਹੁੰਦੇ ਹੀ ਦੇਖਦੇ ਹਾਂ ਯੋਗਰਾਜ ਬਾਈ ਨੂੰ, ਉਹਨਾਂ ਦੇ ਓਪੋਜਿਟ ਮੈਨੂੰ ਮੇਨ ਨੈਗੇਟਿਵ ਕਰਨ ਦਾ ਮੌਕਾ ਮਿਲਿਆ ਕੱਚੇ ਧਾਗੇ ਫਿਲਮ। ਉਸ ਤੋਂ ਬਾਅਦ ਇੱਕ ਨਾ ਆਪਾਂ ਐਂ ਹਾਸੇ ਮਜ਼ਾਕ 'ਚ ਫਿਲਮ ਕੀਤੀ ਸੱਗੀ ਫੁੱਲ, ਅਤੇ ਉਹ ਸਭ ਤੋਂ ਪਿਆਰੀ ਫਿਲਮ ਆ, ਅਤੇ ਉਹ ਇੰਨੀ ਵੇਖੀ ਮੈਂ ਕਿ ਇੱਦਾਂ ਦੇ ਪਿੰਡਾਂ 'ਚ ਗਿਆ ਉੱਥੇ ਵੀ ਲੇਡੀਜ਼ ਨੇ ਮੈਨੂੰ ਆਵਾਜ਼ ਦਿੱਤੀ, ਉਹ ਗੁੰਗੀ ਦੇ ਘਰ ਵਾਲਾ ਗਿਆ, ਉਸ ਤੋਂ ਬਾਅਦ ਬਸ ਚੱਲਦਾ ਰਿਹਾ ਦੌਰ। ਬੜੀਆਂ ਅੱਛੀਆਂ ਫਿਲਮਾਂ ਵਿੱਚ ਸਰਦਾਰ ਮੁਹੰਮਦ ਵਿੱਚ ਬਹੁਤ ਅੱਛਾ ਕਰੈਕਟਰ, ਬਹੁਤ ਸੋਹਣੀ ਫਿਲਮ ਆ ਜਸੜ ਬਾਈ ਦੀ, ਤੇ ਹੈਰੀ ਨੇ ਡਾਇਰੈਕਟ ਕੀਤੀ ਸੀਗੀ, ਤੇ ਕੱਚੇ ਧਾਗੇ ਆ, 25 ਕੁ ਫਿਲਮਾਂ ਆ ਗਈਆਂ ਮੇਰੀਆਂ, 25 ਸਾਨੂੰ ਬੋਰੀਅਰ ਇੱਕ ਹੁਣ ਰਿਲੀਜ਼ ਹੋਣੀ ਆ, ਅਤੇ ਹੁਣੇ ਮੇਰੀ ਆ ਕੇ ਹਟੀ ਸੰਗਰਾਂਦ, ਅਤੇ ਇਹਦੇ 'ਚ ਜਿਹੜਾ ਮੇਰਾ ਕਰੈਕਟਰ ਜੋ ਫਿਲਮਾਇਆ ਇੰਦਰ ਵੀਰੇ ਨੇ, ਜਿਨ੍ਹਾਂ ਦੀਆਂ ਫਿਲਮਾਂ ਆਈਆਂ ਗਾਂਧੀ, ਸ਼ਰੀਕ, ਬਲੇਕੀਆ, ਬੜੀਆਂ ਬਹੁਤ ਕਮਾਲ ਫਿਲਮਾਂ ਬਣਾਈਆਂ ਉਹਨਾਂ ਨੇ, ਉਹਨਾਂ ਨੇ ਮੈਨੂੰ ਸ਼ਗਿਰਦ ਦੂਜੀ ਸੰਗਰਾਂਦ ਮੂਵੀ ਕੀਤੀ, ਉਹ 'ਚ ਜਿਹੜਾ ਮੇਰਾ ਕਰੈਕਟਰ ਆ ਉਹ ਮਤਲਬ ਕਿ ਐਂ ਹੋਇਆ ਜਦੋਂ ਮੈਂ ਸਿਨੇਮੇ 'ਚੋਂ ਬਾਹਰ ਆਇਆ ਤਾਂ ਉਹ ਪ੍ਰੈਸ ਜਿਹੜੀ ਇੱਧਰ ਖੜੀ ਸੀ ਸਾਰੀ, ਤੁਹਾਡੇ ਵਰਗੇ ਭਰਾ ਹੋਰ, ਉਹ ਸਾਰੇ ਮੇਰੇ ਕੋਲ ਭੱਜੇ ਆਏ,
ਤੇ ਉਹਨਾਂ ਨੇ ਆ ਕੇ ਕੋਈ ਸ਼ਬਦ ਜਿਹੜਾ ਪਹਿਲਾਂ ਹੀ ਬੋਲਿਆ, ਕਹਿੰਦੇ ਬਾਈ ਮੇਲਾ ਤਾਂ ਤੂੰ ਲੁੱਟ ਲਿਆ, ਉਹ ਇੱਕ ਆਨੰਦ ਸੀ। ਹਾਂਜੀ, ਇਹੋ ਜਿਹੀ ਬਿਲਕੁਲ ਇਹੋ ਜਿਹੀ ਫਿਲਮਾਂ ਦੇ ਨਾਲ ਫੇਮਸ ਬੰਦਾ ਹੁੰਦਾ ਜੀ, ਜਦੋਂ ਦਿਲ ਜਦੋਂ ਪਬਲਿਕ ਤੁਹਾਨੂੰ ਆ ਕੇ ਮਿਲਦੀ ਹੈ, ਸੈਲਫੀਆਂ ਕਰਦੀ ਹੈ ਤੁਹਾਡੇ ਲਈ, ਹੈ ਨਾ, ਬੜਾ ਅੱਛਾ ਲੱਗਦਾ ਉਸ ਟਾਈਮ ਤੇ। ਮੈਨੂੰ ਨਹੀਂ ਲੱਗਾ ਮੈਂ ਫਿਲਮ ਦੇਖੀ ਸਕਰੀਨ ਤੇ, ਮੈਨੂੰ ਨਹੀਂ ਲੱਗਾ ਮੈਂ ਜੀ, ਮੈਨੂੰ ਲੱਗਾ ਇਹ ਪਾਤਰ, ਉਹ ਵਿਲਨ ਆ ਬਹੁਤ ਖਤਰਨਾਕ ਵਿਲਨ। ਇੱਕ ਹੁਣ ਮੇਰੀ ਨਿਸ਼ਾ ਬਾਨੋ ਜੀ ਨਾਲ ਤੇ ਫਿਲਮ ਆ ਰਹੀ, ਦੋਨੋਂ ਆਪਾਂ ਮੇਨ ਲੀਡ ਦਾ, ਮੈਂ ਨੈਗੇਟਿਵ ਚ ਉਹ ਪੋਜ਼ਿਟਿਵ ਆ, ਤੇ ਕਮਲ ਖਾਨ ਜੀ ਨੇ ਪ੍ਰੋਡਿਊਸ ਕੀਤੀ, ਸਵੀਰ ਆ ਉਹਨਾਂ ਦੇ ਹਸਬੈਂਡ ਆ ਵਿੱਚ ਅਜੇ ਲੀਡ ਚ, ਤੇ ਉਹ ਫਿਲਮ ਤੋਂ ਬਾਅਦ ਮੈਂ ਗਰੰਟੀ ਦਿੰਦਾ ਤੁਸੀਂ ਮੈਨੂੰ ਨਫ਼ਰਤ ਕਰੋਗੇ। ਮਤਲਬ ਨਿਸ਼ਾ ਜੀ ਦੇ ਕਰੈਕਟਰ 'ਚ ਖੁੱਭ ਗਏ ਸੀ ਉਹਨਾਂ ਨੇ, ਉਹ ਪੈਨ ਸੱਚੀ ਮੇਰੇ ਇੱਥੇ ਅੰਦਰ ਹੀ ਵੜਤਾ ਸੀ, ਬਲੱਡ ਏ ਬਲੱਡ ਹੋ ਗਿਆ ਸੀ ਇੰਨਾ ਸਾਰਾ। ਉਹ ਕਹਿੰਦੇ ਮੈਨੂੰ ਗੁੱਸਾ ਹੀ ਬਹੁਤ ਆ ਰਿਹਾ ਬਾਈ ਤੇਰੇ 'ਤੇ। ਉਹ ਵੀ ਪਰਮਵੀਰ ਜੀ ਨੇ ਡਾਇਰੈਕਟ ਕੀਤੀ, ਜਿਹੜੇ ਰਣਜੀਤ ਕੌਰ ਜੀ ਦੇ ਬ੍ਰਦਰ ਨੇ ਨਾ। ਕਹਿੰਦੇ ਕਰੈਕਟਰ ਹੁੰਦੇ ਵੀ ਉਹੀ ਆ ਜੀ, ਦਰਸ਼ਕ ਸਾਹਮਣੇ ਦੇਖ ਰਹੇ ਆ ਤਾਂ ਤੁਹਾਨੂੰ ਕਹਿਣ, ਜੇ ਨੈਗੇਟਿਵ ਹੈ ਤਾਂ ਗਾਲਾਂ ਕੱਢਦੇ ਹਨ, ਜੇ ਪੋਜ਼ਿਟਿਵ ਹੈ ਤਾਂ ਤੁਹਾਡੀ ਤਾਰੀਫ ਕਰਦੇ ਹਨ। ਉਹੀ ਐਕਟਰ ਵੀ ਕਾਮਯਾਬ ਹੈ ਜੀ, ਜੋ ਉਹਨੂੰ ਰੋਲ ਮਿਲਦਾ ਤਾਂ ਉਹ ਵਧੀਆ ਨਿਭਾਵੇ। ਤੁਸੀਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਐਜ਼ ਏ ਵਿਲਨ ਕੀਤੀਆਂ ਨੇ ਜਾਂ ਕੋਈ ਹੀਰੋ ਵੀ ਸੀ? ਸਰਦਾਰ ਮੁਹੰਮਦ ਜੀ ਪੋਜ਼ਿਟਿਵ ਹੈ ਜੀ, ਠੀਕ ਹੈ ਜੀ, ਤੇ ਬਾਕੀ ਤਾਂ ਸਾਰੀਆਂ ਵਿਲਨ ਆ। ਤੇ ਇੱਕ ਹੁਣ ਫਿਲਮ ਕੰਪਲੀਟ ਹੋਈ ਸਾਡੀ ਕਣਕਾਂ ਦੇ ਉੱਲੇ, ਉਹਦੇ 'ਚ ਪੋਜ਼ਿਟਿਵ ਆ, ਉਹਦੇ 'ਚ ਘੁੱਗੀ ਬਾਈ ਮੇਨ ਲੀਡ 'ਚ ਜੀ ਜੀ, ਤੇ ਉਹ ਮੈਂ ਜਦੋਂ ਸੈੱਟ 'ਤੇ ਗਿਆ ਤੇ ਡਾਇਰੈਕਟਰ ਸਾਹਿਬ ਵੀ ਡਰੇ ਸੀ ਤੇ ਰਾਈਟਰ ਵੀ ਡਰਿਆ, ਤੇ ਮੈਂ ਬਾਈ ਨੂੰ ਪੁੱਛਿਆ ਘੁੱਗੀ ਬਾਈ ਨੂੰ, ਮੈਂ ਕਿਹਾ ਚੱਕਰ ਕੀ ਆ, ਕੋਈ ਰੌਲਾ ਪੈ ਗਿਆ ਸੈੱਟ 'ਤੇ? ਕਹਿੰਦਾ ਕੀ ਲੈਣਾ ਤੂੰ, ਪੰਧੇਰ ਆਪਾਂ ਸੀਨ ਕਰੀਏ। ਮੈਂ ਜਦੋਂ ਸੀਨ ਆਪਾਂ ਕਰਕੇ ਹਟੇ ਤੇ ਉਹ ਡਾਇਰੈਕਟਰ ਵੀ ਐਂ ਹੱਸਦਾ ਜਿਹਾ ਵੀ ਮੇਰੇ ਵੱਲ ਨੂੰ, ਤੇ ਡਾਇਰੈਕਟਰ ਵੀ ਕਹਿੰਦਾ ਤੇਤੋ ਹੀ ਡਰਿਆ ਸੀ, ਕਹਿੰਦੇ ਵਿਲਨ ਨੂੰ ਪੋਜ਼ਿਟਿਵ ਦੇ ਦਿੱਤਾ। ਕਹਿੰਦਾ ਮੈਂ ਕਿਹਾ ਯਾਰ ਮੈਂ ਗਰੰਟੀ ਲੈ ਲਾਂ, ਤੁਸੀਂ ਕਰਾਓ ਤਾਂ ਸਹੀ ਤੋਂ ਕੁਛ। ਉਹ ਬਹੁਤ ਸੋਹਣੀ ਫਿਲਮ ਦੇ ਵਿੱਚ ਫਿੱਟ ਹੋਵੇ ਅਦਾਕਾਰ, ਉਹੀ ਅਦਾਕਾਰ ਹੈ ਜੀ। ਜੇ ਇੱਕ ਕਰੈਕਟਰ ਨੂੰ ਲੈ ਕੇ ਹੀ ਆਪਾਂ ਹਰ ਫਿਲਮ ਕਰੀਏ ਤਾਂ ਨਹੀਂ ਬਣਦੀ ਗੱਲ। ਵੱਖ ਵੱਖ ਹੁਣ ਹੁਣ ਭਰੋਸਾ ਕਰਨ ਲੱਗੇ ਆ, ਹੁਣ ਜੀ 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 ਅਲੱਗ ਆ। ਜਿਹੜੀ ਹੁਣ ਬੇਬੇ ਆਉਣੀ ਬਹੁਤ ਅੱਛੀ ਫਿਲਮ ਪੰਜਾਬੀ ਦੀ, ਇੱਕ ਉਹ ਕਹਿੰਦੇ ਹੁੰਦੇ ਆਪਾਂ ਕਹਿੰਦੇ ਰਹਿੰਦੇ ਹਰੇਕ ਨੂੰ, ਤੁਸੀਂ ਦੇਖ ਕੇ ਮੈਨੂੰ ਕਹੋਗੇ ਵੀ ਯਾਰ ਆਪਾਂ ਦੇਖ ਕੇ ਅੱਡੀ ਐਡੀ ਐਡੀ ਵੱਡੀ ਫਿਲਮ ਵੀ ਬਣ ਸਕਦੀ ਪੰਜਾਬੀ। ਅਸੀਂ ਦਰਸ਼ਕਾਂ ਨੂੰ ਵੀ ਕਹਾਂਗੇ ਵੀ ਜ਼ਰੂਰ ਦੇਖ ਕੇ ਆਓ ਅਤੇ ਫਿਲਮ, ਕਿਉਂਕਿ ਅਸੀਂ ਇੱਕ ਐਕਟਰ ਪ੍ਰੋਡਿਊਸਰ ਡਾਇਰੈਕਟਰ ਫਿਲਮਾਂ ਬਣਾ ਸਕਦੇ ਨੇ, ਉਹਨੂੰ ਕਾਮਯਾਬ ਕਰਨਾ ਹਿੱਟ ਕਰਨਾ ਤੁਹਾਡਾ ਕੰਮ ਹੈ। ਉਹਨਾਂ ਨੂੰ ਯੂਟਿਊਬ 'ਤੇ ਕਦੇ ਨਾ ਦੇਖੋ, ਉਹਦੀ ਕਾਪੀ ਜਾ ਕੇ ਸਿਨੇਮੇ 'ਚ ਦੇਖੋ, ਤਾਂ ਜੋ ਸਿਨੇਮਾ ਕਾਮਯਾਬ ਹੋਵੇ ਤਾਂ ਉਹਦੇ ਨਾਲ ਹੀ ਬਹੁਤ ਵਧੀਆ ਕੰਮ ਅੱਗੇ ਮਿਲਦਾ ਪੰਜਾਬ ਨੂੰ, ਪੰਜਾਬ ਨੂੰ, ਐਕਟਰਾਂ ਨੂੰ। ਸਾਡੇ ਪ੍ਰੋਡਿਊਸਰ ਪ੍ਰੋਫੈਸ਼ਨਲ ਹੋਣ, ਰਿਪੀਟ ਹੋਣੇ ਚਾਹੀਦੇ ਆ। ਜੀ ਜੀ ਬਿਲਕੁਲ ਜੀ, ਇੱਕ ਪੈਟਰਨ ਲੱਗ ਗਿਆ ਤੇ ਉਹ ਖਰਾਬ ਹੋ ਜੇ ਉਸ ਚੀਜ਼ ਨਾਲ ਨਹੀਂ ਚੰਗਾ ਲੱਗਦਾ। ਕਾਮੇਡੀ ਵੀ ਧਾਰਮਿਕ ਵੀ ਹਰ ਫਿਲਮ ਨੂੰ ਦੇਖਣ ਜਾਓ, ਜ਼ਰੂਰ ਸਪੋਰਟ ਕਰੋ। ਸੋ ਨੀਟੂ ਜੀ ਨੂੰ ਫਿਰ ਤੋਂ ਨਵੀਆਂ ਫਿਲਮਾਂ ਦੀਆਂ ਜਿਹੜੀਆਂ ਆ ਵੀ ਰਹੀਆਂ ਨੇ ਉਹਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਜੀ। ਤੁਸੀਂ ਇੰਨਾ ਹੀ ਬੜਾ ਜੀ ਜਿੰਨਾ ਪੰਜਾਬ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿੱਚ ਚਮਕਾਇਆ, ਇਹਨੂੰ ਪੰਜਾਬ ਦੇ ਲਈ ਵੀ ਬੜੀ ਵੱਡੀ ਗੱਲ ਹੈ ਜੀ, ਸਾਨੂੰ ਮਾਣ ਹੈ ਤੁਹਾਡੇ ਤੇ। ਓਏ ਵੱਡੇ ਬੈਲੀਆ, ਜੇ ਤੇਰੇ ਗੁਰਦਿਆਂ 'ਚ ਜਾਨ ਆ ਨਾ ਤਾਂ ਸ਼ੇਰ ਦੇ ਪੰਜਿਆਂ 'ਚੋਂ ਆਪਣੀ ਜਾਨ ਬਚਾ ਕੇ ਲੈ ਜਾ। ਆ ਅੱਛਾ।